ਇੱਧਰ ਆ, ਇੱਧਰ ਉਹ ਭੱਜ ਗਏ, ਚੀਜ਼ੀ ਲੈਣੀ ਆ ਆਪਾਂ, ਚਾਹ ਚੂ ਨਹੀਂ ਪੀਤੀ। ਚਲੋ ਫਿਰ ਚਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਯੂਟਿਊਬ ਚੈਨਲ ਜਿਹਦਾ ਨਾਂ ਹੈ ਗੋਪੀ ਖਾਪੜ ਖੇੜੀ। ਅਤੇ ਹੁਣ ਆਪਾਂ ਉੱਠ ਗਏ ਹਾਂ ਅਤੇ ਸਵੇਰ ਦਾ ਟਾਈਮ ਵੱਜ ਗਿਆ ਵਾ 10:15, ਅਤੇ ਹੁਣ ਆਪਾਂ ਜਾਣਾ ਆ ਪਿੰਡ ਨੂੰ ਥੋੜ੍ਹੀ ਦੇਰ ਤਾਈਂ, ਤਿਆਰ ਸ਼ਿਆਰ ਹੋਈਏ ਬੱਸ ਇਹਦੇ, ਹਰਗੁਣ ਗਾਣੇ ਸੁਣਨ ਦੀ ਆ ਬੱਸ, ਹਰਗੁਣ ਇੱਧਰ ਨੱਚਣ ਡੀ ਆ ਉਹ ਗਾਣੇ 'ਤੇ। ਕਿੰਨਾ ਆ ਨੱਚੋ ਨੱਚੋ ਲਓ ਜੀ, ਕਾਕੇ ਨੇ ਦੇਈ ਤਿਆਰ ਕਰਨਾ, ਮਤਲਬ ਜਾ ਸਿੱਖੋਗੇ ਕਿ ਨਹੀਂ, ਜਾ ਸਿੱਖੋਗੇ ਗੋਪੀ ਖਾਪੜ ਖੇੜੀ ਚੈਨਲ ਤੇ ਪਹਿਲੇ ਦਿਨ ਵਾਪਸ ਆ ਗਏ ਆ। ਦਿਲ ਦੀ ਧੱਕ ਧੱਕ ਹੁੰਦੀ ਹਲੇ, ਮੰਮੀ ਨੂੰ ਆ ਲੈਂਦੇ ਤੇਰੀ ਨੂੰ ਹਟਾ ਦੂਗੀ ਤੱਕ ਤੱਕ ਹੈ। ਹੁਣ ਅਸੀਂ ਚੱਲੇ ਵਾਪਸ ਅੰਮ੍ਰਿਤਸਰ, ਉੱਧਰ ਦੀਦੀ ਪਾਉਂਦੇ ਹਰਗੁਣ ਦੇ ਕੱਪੜੇ ਪਵਾਉਣੇ ਡਈ। ਅਸੀਂ ਚੱਲੇ ਹੁਣ ਸੇਠ ਹੋਣੀ ਚਲੋ ਉਹਦੇ ਚੱਫੀ ਪਾਲਾ, ਚੱਲ ਵੀ ਗੁੱਸੇ ਨਾਰਾਜ਼ਗੀ ਦੂਰ ਹੋ ਗਈ ਭਾਈ, ਉਹ ਵੀ ਪਾਉਂਦੀ ਉਹਨੂੰ ਵੀ ਪਾਲੋ ਵਿੱਚ ਚੱਫੀ, ਚੱਫੀ ਤੇ ਪਾਲੋ ਭਾਈ, ਚੱਫੀ ਪਾਲੋ ਬੱਸੀ ਪਾ ਦਿਓ। ਚਲੋ ਜੀ ਬਾਏ, ਕੋਈ ਨਾ ਕੋਈ ਨਾ, ਉਹ ਸਾਰਾ ਸੰਗਤ ਤਾਂ ਦੇਣਾ ਆ, ਨਹੀਂ 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 ਉਹ ਤਾਂ ਦੇਣਾ ਅਜੇ। ਦਾਦਾ ਕੋ ਤੁਸੀਂ ਪੈਸਾ ਲੈ ਲਓ, ਦਾਦਾ ਕੋ ਪੈਸਾ ਲੈ ਲਓ, ਦਾਦਾ ਕੋ ਮੈਨੂੰ ਦੋ ਪੈਸਾ, ਕੱਢ ਲਾ ਕੱਢ ਲਾ ਕੱਢ ਲਾ ਪੈਸਾ, ਆਹੋ ਕੱਢ ਲਾ ਕੱਢ ਲਾ ਪੈਸਾ, ਕੱਢ ਲਾ ਕੱਢ ਲਾ ਕੱਢ ਲਾ ਕੱਢ ਲਾ ਕੱਢ ਲਾ ਪੈਸਾ ਕੱਢ ਲਾ ਕੱਢ ਲਾ। ਹਾਂਜੀ ਹੁਣ ਆਪਾਂ ਚੱਲੇ ਹਾਂ ਵਾਪਸ ਘਰੇ ਜੀ, ਤੇ ਹੁਣ ਆਪਾਂ ਆ ਗਏ ਆ ਘਰੇ, ਤੇ ਉੱਧਰ ਦੀਪੂ ਵੀ ਦੇ ਹੁਣੇ ਲਾ ਦਿੱਤੀ ਉੱਧਰ ਗੱਡੀ, ਆਉਂਦੇ ਹੁਣ ਅਸੀਂ ਆ ਗਏ, ਤੇ ਇੱਧਰ ਮੰਮੀ ਪਾਪਾ ਬੈਠੇ, ਇੱਧਰ ਗੋਪੀ ਵੀ ਆ ਗਏ, ਏਸੀ ਲਾ ਲੈਣਾ ਸੀ ਉੱਧਰ। ਅੱਛਾ ਸਤਿ ਸ਼੍ਰੀ ਅਕਾਲ, ਬੜੀ ਸਤਿ ਸ਼੍ਰੀ ਅਕਾਲ, ਠੀਕ ਠਾਕ
ਮੈਂ ਮੰਮੀ ਨੇ ਕਿਹਾ ਸੀ ਇਕੱਲੇ ਹੀ ਆਏ, ਮਾਮਾ ਹੀ ਆਂਦਾ ਹੀ ਆਣਾ ਫੇ ਆਏ ਨਹੀਂ ਇੱਥੇ ਭਰਾਵਾ ਤੁਹਾਡੇ ਅਮਲੀ ਨਾ ਸਰੀਆ ਚੁੱਕ ਕੇ ਸਰੀਆ ਉਹ ਕੁਲ ਤੋਂ ਹਾਂਜੀ ਮਾਇ ਨਾ ਮਾਰ ਸਸਰੀ ਆ ਜਾਓ ਚੱਲਿਆ ਮੈਂ ਕਿਹਾ ਆ ਜਾਓ ਕੀ ਬਾਰ ਬਾਰ ਆ ਜਾਓ ਸਰੇ ਟਾਈਮ ਸਰ ਕਿ ਨਹੀਂ ਆਉਗੀ ਨਾ ਦੇਖ ਕਰੀ ਕੋ ਕੋਣੇ ਵਿੱਚ ਡੁੱਡੀਆਂ ਲਿਖੀਆਂ ਡੁੱਡੀ ਲਾਉਣੀ ਬਰਨ ਆਈ ਫੇਰ ਜਿੰਮੀ ਨਾ ਕੰਮ ਨਾ ਹੈ ਨਹੀਂ ਹੁਣ ਚੱਲੇ ਚੱਲਿਆ ਫਿਰ ਉਹਨੂੰ ਮਿਲ ਗਈ ਯਾਰ ਮੈਂ ਹੀ ਚੱਲਣ ਵਾਲਾ ਸ਼ਾਮ ਤੂੰ ਭੁਜੀਏ ਦਾ ਸਾਹ ਲੈ ਲਾਸਾ ਬਹਿ ਜਾਂਦੀ ਆ ਵੇਖ ਲਾ ਉਹ ਵੀ ਆਜਾ ਚੰਗਾ ਜੀ ਆ ਜਾ ਸਰੇ ਠੀਕ ਆ ਮੈਂ ਜਾਣ ਦੇਣਾ ਤੈਨੂੰ ਆਵਾਜ਼ ਮਾਰ ਇੱਧਰ ਵਾਜਾਂ ਪੈਂਦੀਆਂ ਸੀ ਪਾਪਾ ਵਾਜਾਂ ਪੈਂਦੀ ਹਾ ਕਰਦੇ ਜਾਂ ਘੁੱਟ ਕੇ ਪਾ ਰਹੇ ਚੀਜ਼ ਪਾ ਦੋ ਭੈਣਾ ਤੇ ਚਲੋ ਵੈਰੀ ਗੁੱਡ ਤੇ ਮੈਂ ਆਟਾ ਲੈਣ ਚਲੋ ਨਹੀਂ ਮੈਨੂੰ ਗੱਲ ਨਹੀਂ ਨਹੀਂ ਇਹਨੂੰ ਗੱਲ ਹੀ ਸਾਲਾ ਨਹੀਂ ਮੈਂ ਗੱਲ ਹੀ ਸਾਲਾ ਕਰਨਾ ਠੀਕ ਹੈ ਓਕੇ ਹਾਂਜੀ ਤੇ ਹੁਣ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਬਾਬਾ ਬੁੱਢਾ ਸਾਹਿਬ ਤੇ ਬਾਕੀ ਵੇਖਦੇ ਹਾਂ ਤੇ ਸਾਰੇ ਰੈਡੀ ਸ਼ੈਡੀ ਹੋ ਗਏ ਇੱਧਰ ਗੁੱਪ ਵੀ ਰੈਡੀ ਹੋ ਗਏ ਰੈਡੀ ਹੋ ਗਏ ਤੇ ਇੱਧਰ ਹਰਗੁੜ ਵੀ ਰੈਡੀ ਹੋ ਗਈ ਤੇ ਆਪਾਂ ਸਾਰੇ ਰੈਡੀ ਹੋ ਗਏ ਤੇ ਮੰਮੀ ਵੀ ਚੱਲੇ ਕੱਪੜੇ ਪਾਉਂਦੇ ਪਏ ਆ ਤੇ ਹੁਣ ਆਪਾਂ ਚੱਲੇ ਇਹਨਾਂ ਨੇ ਰਾਤ ਰਹਿਣਾ ਸੀਗਾ ਇੱਥੇ ਤੇ ਬਾਕੀ ਰੋਟੀ ਉਹ ਸੋਰੀ ਰੋਟੀ ਸਬਜ਼ੀ ਨਹੀਂ ਰਾਜਮਾਂਹ ਚਾਵਲ ਅਸੀਂ ਦੋਨਾਂ ਨੇ ਬਣਾਤੇ ਸੰਦੀਪ ਦੀਦੀ ਨੇ ਰਾਜਮਾਂਹ ਬਣਾਤੇ ਅਤੇ ਮੈਂ ਚਾਵਲ ਅਤੇ ਹੁਣ ਆਪਾਂ ਟੈਂਸ਼ਨ ਗਈ ਹਾਂ ਅਤੇ ਹੁਣ ਥੋੜ੍ਹਾ ਟਾਈਮ ਵੀ ਲੱਗ ਗਿਆ ਅਤੇ ਕੋਈ ਗੱਲ ਨਹੀਂ ਅਤੇ ਹੁਣ ਆਪਾਂ ਚੱਲੇ ਹਾਂ ਮੇਲੇ ਵੀ ਤੁਹਾਨੂੰ ਫਿਰ ਮੰਮੀ ਵੀ ਮਿੰਟੋ ਮਿੰਟ ਹੀ ਹੋ ਗਏ ਤਿਆਰ ਹੋ ਗਏ ਤਿਆਰ ਉੱਧਰ ਹਰਗੁਣ ਇਹੀ ਨਹੀਂ ਤਿਆਰ ਹੋਏ ਬਾਕੀ ਸਾਰੇ ਤਿਆਰ ਹੋਏ ਸੰਦੀਪ ਦੀਦੀ ਵੀ ਤਿਆਰ ਹੋ ਗਏ ਹਾਂਜੀ ਆਪਾਂ ਹੁਣ ਪਹੁੰਚ ਗਏ ਹਾਂ ਛੇੜਾ ਸਾਹਿਬ ਛੇੜਾ ਸਾਹਿਬ ਆਪਾਂ ਹੁਣ ਪਹੁੰਚ ਗਏ ਹਾਂ ਮਿਲਦੇ ਹਾਂ।
ਸਾਚੀ ਕਾਲ ਟਾਈ ਸਾਚੀ ਕਾਲ ਆਪਾਂ ਨੂੰ ਲੈਣ ਲੱਗੇ ਪ੍ਰਸ਼ਾਦ ਆਪਾਂ ਲੈ ਲਿਆ ਪ੍ਰਸ਼ਾਦ ਲੋ ਜੀ ਮੇਰੇ ਪੁੱਤ ਨੇ ਇਸ਼ਨਾਨਾ ਪੰਜ ਇਸ਼ਨਾਨਾ ਕਰ ਲਈਆਂ ਹੈ ਨਾ ਮੇਰੇ ਪੁੱਤ ਨੇ ਪੰਜ ਇਸ਼ਨਾਨਾਂ ਕਰ ਲਈਆਂ ਮੈਂ ਆਵੇ ਹੁਣੇ ਆਵੇ ਇੱਥੋਂ ਮੈਂ ਇੱਕ ਕਰਾ ਲਈਆਂ ਮੱਥਾ ਮੱਥਾ ਟੇਕ ਲਿਆ ਜੀ ਇੱਧਰ ਆ ਮੇਰਾ ਪੁੱਤ ਇੱਧਰ ਆ ਇੱਧਰ ਕਾਕੇ ਗੰਦਿਆ ਹਾਂਜੀ ਜੀ ਆਪਾਂ ਹੁਣੇ ਪਵਨ ਮੱਥਾ ਟੇਕ ਲਿਆ ਅਤੇ ਆਪਾਂ ਚੱਲੇ ਹਾਂ ਆਪੇ ਘਰ ਮੈਨੂੰ ਲੱਗ ਗਈ ਨਾਲੇ ਹਿਚਕੀ ਬਹੁਤ ਔਖਾ ਤੇ ਭੂਆ ਦਾ ਵਿਚਾਰਦੇ ਜਦੋਂ ਚੜਿਆ ਨੀ ਜਾਣ ਡਿਆ ਘਰ ਚ ਆਹ ਤਰਲੇ ਲੈਣ ਡੀ ਆਪਾਂ ਹੁਣ ਲੈਣ ਲੱਗੇ ਪੀਜ਼ਾ ਦੋ ਲੈਣ ਲੱਗੇ ਪੀਜ਼ੇ ਹੁਣ ਚਲੋ ਬਹੁਤ ਪੀਜ਼ੇ ਖਾਣਗੇ ਚਲੋ ਪਨੀਰ ਪਾਉਣਾ ਤੇਰੇ ਮਾਂ ਨਾਲ ਖੁੱਲਾ ਪਾਉਣਾ ਪਨੀਰ ਠੀਕ ਹੈ ਪਨੀਰ ਕਿੱਲਾ ਪਨੀਰ ਪਾ ਦਿਓ ਠੀਕ ਹੈ ਮਾਤਾ ਹੈ ਤੁਸੀਂ ਕੀ ਕਹਿਣਾ ਮਨ ਕੀ ਕਹਿਣਾ ਤੁਸੀਂ ਹੈ ਪਨੀਰ ਖਾਣਾ ਕੀ ਕਹਿਣਾ ਤੁਹਾਨੂੰ ਹੋਰ ਅਹਿਮ ਦੀ ਮੈਂ ਦੱਸ ਨਹੀਂ ਵਿੱਚ ਚਲੋ 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 ਮੰਮਾ ਨਹੀਂ ਨਹੀਂ ਇਹ ਇੱਕ ਕਰ ਹਾਂਜੀ ਜੀ ਆਪਾਂ ਤੁਰ ਪਏ ਤੂੰ ਸਾਰੇ ਅਤੇ ਆਪਾਂ ਪੀਜ਼ਾ ਪੂਜ਼ਾ ਖਾ ਕੇ ਮੈਂ ਤਾਂ ਦੇਖ ਲਈ ਤੁਹਾਨੂੰ ਪਹੁੰਚਾਉਂਦੇ ਘਰ ਚਲੋ ਇੱਕ ਅੰਬ ਵਾਲਾ ਜੂਸ ਪੀਜ਼ਾ ਭਾਬੀ ਨੇ ਅਤੇ ਧਿਆਨਾਂ ਨਾਲ ਅਤੇ ਮਜ਼ਾ ਮਿਲ ਮਾੜਾ ਲੈ ਜੇ ਆਪਾਂ ਐਵੇਂ ਕੁਛ ਇੰਨਾ ਕੁਛ ਲੈ ਕੇ ਆਏ ਵਧੀਆ